ਰਾਜਾ ਰਾਮ ਹੰਡਿਆਯਾ ਦੀ ਪੁਸਤਕ ਦੁਖੀਆਂ ਦੀ ਦਾਸਤਾਂ ਮਾਨਸਿਕ ਰੋਗੀਆਂ ਦੀਆਂ ਸੱਚੀਆਂ ਕਹਾਣੀਆਂ ਕਹਾਣੀ ਹੈ ਸਲਾਮਨ ਦੀ ਉਠੀ ਖੋ ਗਈ ਪਿੱਛਾਂ ਖਿੱਚੂ ਤੇ ਰੂੜੀਵਾਦੀ ਸੋਚ ਵਾਲੇ ਵਿਅਕਤੀਆਂ ਦੀ ਜ਼ਿੰਦਗੀ ਸਾਵੀ ਪਧਰੀ ਨਹੀਂ ਹੁੰਦੀ ਅਜਿਹੇ ਵਿਅਕਤੀ ਆਪਣੀ ਗਲਤ ਸੋਚ ਕਾਰਨ ਕਈ ਵਾਰ ਆਪ ਹੀ ਆਪਣੀ ਜ਼ਿੰਦਗੀ ਨੂੰ ਤੁਖਾਂ ਭਰੀ ਬਣਾ ਲੈਂਦੇ ਆ ਉਹਨਾਂ ਦੀਆਂ ਇਹ ਬੇਮਤਲਬ ਸੋਚਾਂ ਉਹਨਾਂ ਨੂੰ ਕਦੇ ਚੈਨ ਨਾਲ ਨਹੀਂ ਜਿਉਣ ਦਿੰਦੀਆਂ ਅਜਿਹੇ ਵਿਅਕਤੀ ਆਪਣੀ ਪਿਛਾਂ ਖਿੱਚੂ ਰੂੜੀਵਾਦੀ ਸੋਚ ਕਰਨੀ ਚੰਗੀ ਭਲੇ ਚਲਦੀ ਜ਼ਿੰਦਗੀ ਨੂੰ ਵੀ ਨਰਕ ਬਣਾ ਲੈਂਦੇ ਆਂ ਹਰ ਵੇਲੇ ਮਨ 'ਚ ਭਾਰੀ ਪੈਂਦੀਆਂ ਬੇਮਤਲਬ ਸੋਚਾਂ ਵਿਅਕਤੀ ਦਾ ਦਿਮਾਗੀ ਜਾਂ ਮਾਨਸਿਕ ਸੰਤੁਲਨ ਵਿਗਾੜ ਦਿੰਦੀਆਂ ਤੇ ਵਿਅਕਤੀ ਮਨੋਰੋਗੀ ਹੋ ਜਾਂਦਾ ਗੁਰਮੀਤ ਕੌਰ ਜੈਆਂ ਸੋਚਾਂ ਦਾ ਸ਼ਿਕਾਰ ਹੋ ਕੇ ਮਨੋਰੋਗੀ ਬਣੀ ਸੀ ਉਹ ਗੂੜੇ ਪਿੰਡ ਉਨਪੜ੍ਹ ਖਿਆਲਾਂ ਵਾਲੇ ਇੱਕ ਤਰ੍ਹਾਂ ਦਾ ਪਰਿਵਾਰ 'ਚ ਜੰਮੀ ਪਲੀ ਸੀ ਅਜਿਹੇ ਬਹੁਤੇ ਪਿੰਡੂ ਪਰਿਵਾਰਾਂ 'ਚ ਰੂੜੀਵਾਦੀ ਪਿੱਛਾਂ ਖਿੱਚੂ ਸੋਚ ਵਾਲੇ ਸੰਸਕਾਰਾਂ ਦਾ ਬਣਨਾ ਸੁਭਾਵਕ ਹੁੰਦਾ ਹੈ। ਭਾਵੇਂ ਗੁਰਮੀਤ ਨੂੰ ਘਰ ਵਾਲਿਆਂ ਨੇ 10ਵੀਂ ਤੱਕ ਪੜਾਇਆ ਸੀ ਪਰ ਅਸਲ 'ਚ ਉਹ ਦੀ ਸੋਚ ਅਨਪੜਵਰਤਾਂ ਵਰਗੀ ਸੀ। ਕਹਿੰਦੇ ਐ ਮੁੱਢਲੇ ਸੰਸਕਾਰ ਜ਼ਿੰਦਗੀ ਭਰ ਵਿਅਕਤੀ ਦਾ ਪਿੱਛਾ ਨਹੀਂ ਛੱਡਦੇ। ਅਜੇ ਸੰਸਕਾਰਾਂ ਤੋਂ ਖਹਿੜਾ ਛੁਡਾਉਣ ਲਈ ਬਹੁਤ ਹੀ ਹਿੰਮਤ ਤੇ ਗਿਆਨ ਦੀ ਲੋੜ ਹੁੰਦੀ ਹੈ। ਵਿਅਕਤੀ ਜਿਉਂ-ਜਿਉਂ ਪੜਦਾ ਹੈ ਉਹਦੇ ਵਿਚਾਰ ਬਦਲਦੇ ਐ। ਵਿਚਾਰਾਂ ਦੇ ਬਦਲਾਵਾਂ ਨਾਲ ਉਹਦਾ ਵਿਹਾਰ ਬਦਲਦਾ ਐ। ਹਰ ਤਰ੍ਹਾਂ ਦੇ ਚੰਗੇ ਮਾੜੇ ਮਾਹੌਲ ਅਨੁਸਾਰ ਵਿਅਕਤੀ ਟਲਦਾ ਜਾਂਦਾ ਹੈ ਗੁਰਮੀਤ ਕੌਰ ਕਿਉਂਕਿ ਪਿੰਡ 'ਚ ਜੰਮੀ ਪਲੀ ਪੜੀ ਸੀ ਇਸ ਕਰਕੇ ਉਹਦੇ ਜੀਵਨ ਦਾ ਦਾਇਰਾ ਵੀ ਬਹੁਤ ਛੋਟਾ ਤੇ ਸੀਮਤ ਸੀ ਘਰੋਂ ਸਕੂਲ ਸਕੂਲ ਔਂਕਾਰ ਨਾ ਕਿਸੇ ਦੇ ਘਰੇ ਬਹੁਤਾ ਆਉਣ ਜਾਣ ਸੀ ਹੋਰ ਨਾ ਪਿੰਡੂ ਕੁੜੀਆਂ ਵਾਂਗ ਸਾਰੀਆਂ پابੰਦੀਆਂ ਗੁਰਮੀਤ ਉੱਤੇ ਲਾਈਆਂ ਗਈਆਂ ਹਮੇਸ਼ਾ ਸਿਰ ਤੇ ਅੱਖਾਂ ਨੀਵੀਆਂ ਕਰਕੇ ਚੱਲਣਾ ਕਿਸੇ ਨਾਲ ਕੋਈ ਗੱਲ ਨਾ ਕਰਨੀ ਜਵਾਨ ਹੋਣ ਤੇ ਖੇਡਣਾ ਨੱਚਣਾ ਟੱਪਣਾ ਬੰਦ બસ ਘਰੇ ਲੂ ਕਮਾਂਜੀ ਦਿਲਚਸਪੀ ਲੈਣੀ ਕਿਸੇ ਪਰਾਏ ਬੰਦੇ ਨਾਲ ਕੋਈ ਗੱਲ ਨਹੀਂ ਕਰਨੀ ਹਮੇਸ਼ਾ ਘਰ ਦੀ ਚਾਰਦੁواری ਚ ਘਰ ਦੇ ਜੀਆ ਦੀ ਛਤਰਛਾਇਆ ਚ ਰਹਿਣਾ ਕੋਈ ਰੇਡੀਓ ਟੇਪ ਜਾਂ ਟੀਵੀ ਨਹੀਂ ਦੇਖਣਾ ਪਾਬੰਦੀ 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 ਅਕਸਰ ਇਹ ਹੀ ਪਾਬੰਦੀਆਂ ਕਈ ਵਾਰ ਖਤਰਨਾਕ ਸਾਬਤ ਹੁੰਦੀਆਂ ਅਜਿਹਾ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਜਿਹੜੇ ਘਰਾਂ ਚ ਅਸਲੀ ਸਿੱਖਿਆ ਦੇਣ ਦੀ ਬਜਾਏ ਤਾਲਿਬਾਨੀ ਪਾਬੰਦੀਆਂ ਵਾਲਾ ਵਿਧਾਨ ਲਾਗੂ ਹੁੰਦਾ ਹੈ ਉਨਾ ਘਰਾਂ ਦੀਆਂ ਕੁੜੀਆਂ ਜਾਂ ਤਾਂ ਬੱਗੀ ਹੋ ਜਾਂਦੀਆਂ ਜਾਂ ਫਿਰ ਮਨੋਰੋਗੀ ਵਾਲਾ ਜੀਵਨ ਜਿਉਂਦੀਆਂ ਗੁਰਮੀਤ ਦੀ 10ਵੀਂ ਤੱਕ ਦੀ ਪੜ੍ਹਾਈ ਨੇ ਵੀ ਉਹਦੇ ਜੀਵਨ ਦੇ ਹਨੇਰੇ 'ਚ ਕੋਈ ਚਾਨਣ ਨਹੀਂ ਕੀਤਾ ਸੀ ਗੁਰਮੀਤ ਦਾ ਪਿਓ ਭਾਵੇਂ ਪੜਿਆ ਲਿਖਿਆ ਸੀ ਤੇ ਉਹਨੇ ਧੀ ਨੂੰ ਵੀ ਉਸ ਜ਼ਮਾਨੇ 'ਚ ਪੜਾਇਆ ਲਿਖਾਇਆ ਪਰ ਜਿਵੇਂ ਕਿ ਅਕਸਰ ਹੁੰਦਾ ਹੈ ਕਿ ਮਾਵਾਂ ਦੇ ਅਨਪੜ੍ਹ ਹੋਣ ਕਾਰਨ ਔਲਾਦ ਉੱਤੇ ਮਾਵਾਂ ਦਾ ਪ੍ਰਭਾਵ ਵੱਧ ਹੁੰਦਾ ਹੈ ਕਿਉਂਕਿ ਮਾਂ ਹੀ ਔਲਾਦ ਦੇ ਨੇੜੇ ਰਹਿੰਦੀ ਹੈ ਪਿਤਾ ਸਵੇਰੇ ਕੰਮ ਲਈ ਨਿਕਲਿਆ ਸ਼ਾਮ ਨੂੰ ਘਰ ਵੜਦਾ ਥੱਕਿਆ ਟੁੱਟਿਆ ਨਾਲ ਧੋ ਕੇ ਖਾਣਾ ਖਾ ਕੇ ਸੌ ਜਾਂਦਾ ਹੈ ਸਵੇਰੇ ਫਿਰ ਕੰਮ ਚੱਲਿਆ ਜਾਂਦਾ ਹੈ ਇਸ ਕਰਕੇ ਹਰ ਬੱਚੇ ਦੇ ਪਾਲਣ ਪੋਸਣ ਉਸ ਗੁਣ ਔਗਣ ਭਰਨ ਦਾ ਕੰਮ ਮਾਂ ਨੇ ਹੀ ਕਰਨਾ ਹੁੰਦਾ ਹੈ ਕਈ ਵਾਰ ਅਨਪੜ ਮਾਵਾਂ ਅਚੇਤ ਰੂਪ ਈ ਬੱਚਿਆਂ ਨੂੰ ਅਜਿਹੀ ਸਿੱਖਿਆ ਦੇ ਦਿੰਦੀਆਂ ਜਿਹੜੀ ਸਿੱਖਿਆ ਅੱਗੇ ਜਾ ਕੇ ਘਰ ਬਸਾਉਣ ਚੜੀਕੇ ਖੜੇ ਕਰਦੀ ਹੈ ਇਸੇ ਕਾਰਨ ਕਿਹਾ ਜਾਂਦਾ ਕਿ ਧੀ ਨੂੰ ਬਸਾਉਣ ਦਾ ਉਜਾੜਨ 'ਚ ਮਾਂ ਦਾ ਰੋਲ ਵੱਡਾ ਹੁੰਦਾ ਹੈ ਭਾਵੇਂ ਕੋਈ ਮਾਂ ਆਪਣੀ ਧੀ ਦੇ ਵਸਤੇ ਘਰ ਨੂੰ ਝਾੜ ਕੇ ਰਾਜ਼ੀ ਨਹੀਂ ਹੁੰਦੀ ਫਿਰ ਵੀ ਕਈ ਵਾਰ ਕੁਝ ਗੱਲਾਂ ਘਰੋਂ ਝਾੜਨ ਦਾ ਕਾਰਨ ਬਣ ਜਾਂਦੀਆਂ ਗੁਰਮੀਤ ਜਦੋਂ ਕੁਆਰੀ ਸੀ ਤਾਂ ਅਕਸਰ ਮਾਂ ਕੁਝ ਅਜਿਹੀਆਂ ਗੱਲਾਂ ਕਰਦੀ ਸੀ ਜਿਹਦਾ ਪਰਛਾਵਾਂ ਗੁਰਮੀਤ ਦੇ ਮਨ ਉੱਤੇ ਪੱਕਾ ਉਕਰਦਾ ਜਾਂਦਾ ਸੀ ਸਿੱਖ ਧਰਮ 'ਚ ਸ਼ਰਧਾ ਰੱਖਣ ਵਾਲੇ ਪਰਿਵਾਰ ਅਕਸਰ ਆਪਣੇ ਵਰਗੀ ਸੋਚ ਤੇ ਦਿਖਵਾਲੇ ਪਰਿਵਾਰਾਂ ਨਾਲ ਰਿਸ਼ਤਾ ਜੋੜਦੇ ਆ ਪੰਜਾਬ ਦੇ ਬਹੁਤੇ ਤਰਖਾਨ ਪਰਿਵਾਰ ਅੱਜ ਤੋਂ 30-40 ਸਾਲ ਪਹਿਲਾਂ ਸਿੱਖ ਧਰਮ ਨੂੰ ਹੀ ਆਪਣਾ ਧਰਮ ਮੰਨਦੇ ਸੀ ਹੁਣ ਭਾਵੇਂ ਬਹੁਤੇ ਲੋਕ ਸਿੱਖੀ 'ਚ ਬਰਾਬਰੀ ਦਾ ਦਰਜਾ ਨਾ ਮਿਲਣ ਦੀ ਨਿਰਾਸ਼ਾ ਕਰਕੇ ਡੇਰੇਦਾਰਾਂ ਦੀ ਸ਼ਰਨ 'ਚ ਜਾਣ ਲੱਗੇ ਐ ਗੁਰਮੀਤ ਦੇ ਮਨ 'ਚ ਇਹ ਗੱਲ ਬਚਪਨ 'ਚ ਹੀ ਬਿਠਾ ਦਿੱਤੀ ਗਈ ਸੀ ਕਿ ਉਹਦਾ ਪਤੀ ਦਾੜੀ ਕੇਸਾਂ ਵਾਲਾ ਪੱਗ ਵਾਲਾ ਸਿੱਖੀ ਦਿਖ ਵਾਲਾ ਹੀ ਹੋਏਗਾ ਉਹਦੀ ਇਸੇ ਧਾਰਨਾ ਨੇ ਬਾਅਦ 'ਚ ਮਨੋਰੋਗ ਨੂੰ ਵਧਾਉਣ 'ਚ ਅਹਿਮ ਰੋਲ ਨਿਭਾਇਆ ਗੁਰਮੀਤ ਦਾ ਵਿਆਹ ਇੱਕ ਜੇ ਬਿਅਕਤੀ ਨਾਲ ਹੋਇਆ ਜੋ ਦੀ ਸੋਚ ਤੋਂ ਬਿਲਕੁਲ ਉਲਟ ਸੀ। ਅਸਲ 'ਚ ਮੁੰਡੇ ਦਾ ਪਰਿਵਾਰ ਪਿਛੋਕੜ ਭਾਵੇਂ ਗੁਰਮੀਤ ਦੇ ਪਰਿਵਾਰ ਵਾਲਿਆਂ ਨਾਲ ਮੇਲ ਖਾਂਦਾ ਸੀ। ਪਰ ਮੁੰਡਾ ਪੂਰੀ ਤਰ੍ਹਾਂ ਕਲੀਨ ਸ਼ੇਵਡ ਸੀ। ਸਿਰ ਦੇ ਵਾਲ ਕੱਟੇ ਹੋਏ, ਦਾੜੇ ਮੁੱਛਾਂ ਸਫਾਜਟ, ਕਦੇ-ਕਦੇ ਸ਼ਰਾਬ ਸਿਗਰਟ ਦੀ ਵਰਤੋਂ ਕਰਨ ਵਾਲਾ ਤੇ ਮੀਟ ਵੀ ਖਾ ਲੈਂਦਾ ਸੀ। ਉੰਜ ਪੜਿਆ ਲਿਖਿਆ ਚੰਗੇ ਕੱਦ-ਕਾਟ ਵਾਲਾ, ਸੋਹਣੀ ਦਿਖਵਾਲਾ, ਗੋਰਾ ਚਿੱਟਾ ਤੇ ਤਿੱਖੇ ਨੈਣ ਨਕਸ਼ਾ ਵਾਲਾ ਸੀ। ਗੁਰਮੀਤ ਪਤੀ ਦੇ ਮੁਕਾਬਲੇ ਘੱਟ ਸੋਹਣੀ ਤੇ ਘੱਟ ਗਿਆਨਵਾਨ ਸੀ। ਅਸਲ 'ਚ ਗੁਰਮੀਤ ਦਾ ਪਤੀ ਸੁਖਦੇਵ ਪਹਿਲਾਂ ਪੱਗ ਵੀ ਬੰਨਦਾ ਸੀ। ਕਟਵੀਆਂ ਦਾੜ੍ਹੀ ਮੁੱਛਾਂ ਵੀ ਰੱਖਦਾ ਸੀ। ਪਰਿਵਾਰ ਦੇ ਬਹੁਤੇ ਮੈਂਬਰ ਦਾੜ੍ਹੀ ਕੇਸ ਰੱਖਦੇ, ਪੱਗਾਂ ਬੰਨਦੇ। ਜਿਵੇਂ ਪਹਿਲਾਂ ਹੀ ਦੱਸਿਆ ਗਿਆ ਪੰਜਾਬੀ ਪਿੰਡ ਉਤਰਖਣ ਲਗਭਗ ਸਾਰੇ ਉਸ ਵੇਲੇ ਦਾੜ੍ਹੀ ਕੇਸ ਰੱਖਦੇ, ਪੱਗਾਂ ਬੰਨਦੇ ਤੇ ਸਿੱਖੀ 'ਚ ਵਿਸ਼ਵਾਸ ਕਰਦੇ ਸੀ। ਸੁਖਦੇਵ ਪਹਿਲਾਂ ਆਪਣੇ ਮਾਤਾ-ਪਿਤਾ ਨਾਲ ਹੀ ਦਿਹਾੜੀ ਤੇ ਜਾਣ ਲੱਗਾ। ਹੌਲੀ-ਹੌਲੀ ਲੱਕੜੀ ਦਾ ਉਹ ਵਧੀਆ ਕਾਰੀਗਰ ਬਣ ਗਿਆ। ਪਹਿਲਾਂ ਉਹ ਨੌਕਰੀ ਦੀ ਭਾਲ 'ਚ ਭਟਕਦਾ ਰਿਹਾ। ਪਰ ਭਾਰਤੀ ਧਰਨਾ ਚਾ ਗਰੀਬ ਬੇਰੋਜ਼ਗਾਰਾਂ ਦਾ ਖਿਆਲ ਕਦੀ ਨਹੀਂ ਰੱਖਦਾ ਜੇਕਰ ਰੱਖਦਾ ਹੋਵੇ ਤਾਂ ਦੇਸ਼ ਦੇ ਨੌਜਵਾਨਾਂ ਨੂੰ ਵਿਦੇਸ਼ਾਂ ਚ ਕਿਉਂ ਜਾਣਾ ਪਵੇ ਸੁਖਦੇਵ ਹੁਣ ਘਰੋਂ ਬਾਹਰ ਜਾ ਕੇ ਘਰ ਦੀ ਗਰੀਬੀ ਦੂਰ ਕਰਨੀ ਚਾਹੁੰਦਾ ਸੀ ਇਸ ਕੰਮ ਚ ਮਾਮੇ ਨੇ ਉਹਦੀ ਮਦਦ ਕੀਤੀ ਪਹਿਲਾਂ ਤਾਂ ਸੁਖਦੇਵ ਆਪਣੇ ਮਾਮੇ ਨਾਲ ਕੰਮ ਤੇ ਲੱਗ ਗਿਆ ਫਿਰ ਉਹਨੂੰ ਰਾਹ ਮਿਲਦਾ ਗਿਆ ਸਾਰਿਆਂ ਦੇ ਸਹਿਯੋਗ ਤੇ ਆਰਥਿਕ ਮਦਦ ਨਾਲ ਉਹਨੇ ਆਪਣੇ ਦੋਸਤ ਕੋਲ ਵਿਦੇਸ਼ ਜਾਣ ਦਾ ਫੈਸਲਾ ਕਰ ਲਿਆ ਉਹਦੀ ਮਿਹਨਤ ਤੇ ਦੋਸਤ ਦਾ ਹੌਸਲਾ ਰੰਗ ਲਿਆਇਆ ਉਵਦੇਸ਼ ਪੁੱਜ ਗਿਆ ਉਥੇ ਕਿਸੇ ਕੁੜੀ ਨਾਲ ਵਿਆਹ ਕਰਾਉਣ ਚ ਵੀ ਕਾਮਯਾਬ ਹੋ ਗਿਆ ਦੋਸਤ ਦੇ ਦੱਸੇ ਰਾਹ ਤੇ ਚੱਲਦਾ ਉਹ ਕਾਮਯਾਬੀ ਦੀ ਸਿਖਰਲੀ ਪੌੜੀ ਤੇ ਪੁੱਜ ਕੇ ਇਕਦਮ ਹੇਠਾਂ ਡਿੱਗ ਪਿਆ ਅਸਲ ਚ ਨਵੇਂ ਕਾਨੂੰਨਾਂ ਦੀ ਮਾਰ ਨੇ ਸੁਖਦੇਵ ਦੇ ਸਾਰੇ ਸੁਪਨੇ ਚੂਰ-ਚੂਰ ਕਰ ਦਿੱਤੇ ਯੂਰਪ ਤੇ ਪਹੁੰਚ ਕੇ ਵੀ ਉਹ ਮਾੜੇ ਕਾਨੂੰਨਾਂ ਦਾ ਝੰਬਿਆ ਵਾਪਸ ਭਾਰਤ ਦੀ ਧਰਤੀ ਤੇ ਆ ਡਿੱਗਾ ਦੋ ਕੁ ਮਹੀਨੇ ਸੁਖਦੇਵ ਨੇ ਯੂਰਪੀ ਕਲਚਰ ਨੂੰ ਜਾਣਿਆ ਰੱਜ ਕੇ ਮਾਣਿਆ ਸੀ ਪਰ ਹੁਣ ਜਦੋਂ ਵਿਆਹ ਕਰਾ ਕੇ ਨਾਗਰਿਕਤਾ ਪ੍ਰਾਪਤ ਕਰਨ ਤੇ ਕੰਮ ਕਰਨ ਦਾ ਮੌਕਾ ਹੁਣਾ ਸੀ ਹਾਲਾਤ ਤੇ ਕੁਝ ਦੋਸਤ ਦੀਆਂ ਗਲਤੀਆਂ ਉਹਨੂੰ ਮਾਤ ਦੇ ਗਈਆਂ ਪੱਛਮੀ ਸਭਿਅਤਾ ਦੇ ਰੰਗ ਮਾੜ ਕੇ ਉਹ ਹੁਣ ਫੇਰ ਪੂਰਬ ਦੀ ਸਭਿਅਤਾ 'ਚ ਰਹਿਣ ਲਈ ਮਜਬੂਰ ਹੋ ਗਿਆ ਸੀ ਅਜਿਹੇ ਹਾਲਾਤ ਅਕਸਰ ਵਿਅਕਤੀ ਨੂੰ ਨਿਰਾਸ਼ਾ ਦੀ ਘੁਮਣ ਕੇ ਰੀਚ ਸੁੱਟ ਦਿੰਦੇ ਆ ਕੁਦਰਤੀ ਤੌਰ ਤੇ ਨਿਰਾਸ਼ਾ ਸੁਖਦੇਵ ਨੂੰ ਵੀ ਹੋਈ ਪਰ ਉਹ ਹਾਰ ਮੰਨ ਕੇ ਬੈਠ ਜਾਣ ਵਾਲਾ ਨਹੀਂ ਸੀ ਉਹਨੇ ਜ਼ਿੰਦਗੀ ਨੂੰ ਮੁੜ ਨਵੇਂ ਸਿਰਿਓਂ ਜਿਉਣ ਦੀ ਤਿਆਰੀ ਕਰ ਲਈ ਸੀ ਬਹੁਤੇ ਵਿਅਕਤੀ ਨਿਰਾਸ਼ਾ ਦੀ ਮਾਰ ਹੇਠਾਂ ਕੇ ਆਤਮ ਹੱਤਿਆ ਕਰ ਜਾਂਦੇ ਆ ਪਰ ਸੁਖਦੇਵ ਦਾ ਅਜਿਹੀ ਮਾਰ ਤੋਂ ਬਚ ਜਾਣ ਦਾ ਵੱਡਾ ਕਾਰਨ ਇਹ ਉਹਦੀ ਆਸ਼ਾਵਾਦੀ ਸੋਚ ਸੀ ਘਰ ਦੀ ਗਰੀਬੀ ਦੀ ਹਾਲਤ ਨੇ ਉਹਨੂੰ ਨਿਤ ਨਵੇਂ ਥੱਪੜੇ ਖਾਣ ਲਈ ਤਿਆਰ ਕਰ ਦਿੱਤਾ ਸੀ ਅਸਲ 'ਚ ਛੋਟੀ ਉਮਰ ਵਿੱਚ ਹੀ ਥਾਂ-ਥਾਂ ਕੰਮ ਕਰਨ ਦੇ ਤਜਰਬਿਆਂ ਨੇ ਉਹਨੂੰ ਸਮੇਂ ਤੋਂ ਪਹਿਲਾਂ ਸਿਆਣਾ ਕਰ ਦਿੱਤਾ ਸੀ ਕੰਮ ਦੇ ਸਿਲਸਿਲੇ 'ਚ ਸੁਖਦੇਵ ਬਹੁਤ ਸਮਾਂ ਦਿੱਲੀ ਰਿਹਾ ਪੰਜਾਬ ਦਾ ਪਿੰਡੋ ਛੇਤੀ ਮਹਾਨਗਰ ਦਿੱਲੀ ਦੇ ਤੌਰ ਤਰੀਕੇ ਸਿੱਖ ਗਿਆ ਅਗਾ ਵਦੂ ਸੋਚਣੇ ਉਹਨੂੰ ਨਾਟਕਾਂ ਵਿੱਚ ਕੰਮ ਕਰਨ ਲਈ ਪ੍ਰੇਰਿਤ ਕੀਤਾ ਤੇ ਅਗਾ ਵਦੂ ਸਾਹਿਤ ਪੜਨ ਲਈ ਵੀ ਪਰ ਇਹ ਬਹੁਤ ਸਾਰੇ ਗੁਣ ਹੁੰਦਿਆਂ ਵੀ ਸੁਖਦੇਵ ਦੇ ਅੰਦਰ ਸਧਾਰਨ ਮਨੁੱਖੀ ਕਮਜ਼ੋਰੀਆਂ ਵੀ ਸੀ ਫਿਰ ਵੀ ਉਹ ਬਹੁਤ ਕੁਝ ਨਵਾਂ ਸੋਚਦਾ ਸੀ ਕਿ ਹਾਲਾਤਾਂ ਦਾ ਝੰਬਿਆ ਉਹ ਇੱਕ ਸਧਾਰਨ ਕਾਮੇ ਵਾਂਗ ਆਪਣੀ ਰੋਟੀ ਕਪੜਾ ਮਕਾਨ ਦੀਆਂ ਮੁਢਲੀਆਂ ਲੋੜਾਂ ਲਈ ਹੀ ਤਰਸ ਰਿਹਾ ਸੀ ਪੱਕੇ ਪਰ ਕਾਗਜ਼ੀ ਤੌਰ ਤੇ ਵਦੇਸ਼ੀ ਕੁੜੀ ਨਾਲ ਕੀਤਾ ਵਿਆਹ ਤਲਾਕ ਚ ਬਦਲ ਗਿਆ ਘਰਦਿਆਂ ਦੀ ਇੱਛਾ ਅਨੁਸਾਰ ਸੁਖਦੇਵ ਤੇ ਗੁਰਮੀਤ कौर ਦਾ ਭਾਰਤੀ ਰੀਤੀ ਅਨੁਸਾਰ ਵਿਆਹ ਹੋ ਗਿਆ ਦੋਵਾਂ ਦੀ ਸਧਾਰਨ ਗ੍ਰਸਤੀ ਚੱਲ ਪਈ ਸੁਖਦੇਵ ਨੇ ਆਪਣੀ ਰਿਹائش ਦਿੱਲੀ ਕਰ ਲਈ ਹੌਲੀ ਹੌਲੀ ਉਹਦਾ ਪੂਰਾ ਪਰਿਵਾਰੀ ਦਿੱਲੀ ਚ ਚਲਾ ਗਿਆ ਪਰ ਪਿੰਡੂ ਕੁੜੀ ਗੁਰਮੀਤ ਨੂੰ ਦਿੱਲੀ राਸ ਨਹੀਂ ਦਿਨ ਪ੍ਰਤੀ ਦਿਨ ਉਹਦਾ ਸੁਭਾਅ ਚਿੜਚਿੜਾ ਹੁੰਦਾ ਗਿਆ ਉਹ ਗੱਲ-ਗੱਲ ਤੇ ਖਿਜਣ ਲੱਗੀ ਪਹਿਲਾਂ ਤੰਗ ਜੇ ਮਕਾਨ 'ਚ ਰਹਿਣ ਕਾਰਨ ਉਹਨੂੰ ਹਰ ਵੇਲੇ ਘੁੱਟਣ ਜੀ ਮਹਿਸੂਸ ਹੁੰਦੀ ਸੀ ਮਨੋਵਿਗਿਆਨ ਅਨੁਸਾਰ ਜਦੋਂ ਵਿਅਕਤੀ ਨੂੰ ਮਨ ਇਛਤ ਮਾਹੌਲ ਨਹੀਂ ਮਿਲਦਾ ਲਗਾਤਾਰ ਦਬਦਾ ਘੁੱਟਦਾ ਮਨ ਮਨੋਰੋਗੀ ਹੋ ਜਾਂਦਾ ਹੈ ਅਸਲ 'ਚ ਗੁਰਮੀਤ ਕੌਰ ਨੂੰ ਪਹਿਲਾਂ ਤਾਂ ਉਹਦੀਆਂ ਸੋਚਾਂ ਤੋਂ ਉਲਟਪਤੀ ਮਿਲਿਆ ਦੂਜਾ ਦਿੱਲੀ ਦਾ ਮਾਹੌਲ ਉਹਨੂੰ राਸ ਨਾ ਆਇਆ ਤੀਜਾ ਉਹ ਆਪਣੇ ਰਿਸ਼ਤਿਆਂ ਵਿੱਚ ਤੇ ਗੁਆਂਢੀਆਂ ਨਾਲ ਚੰਗੇ ਸੁਖਾਵੇ ਸਬੰਧ ਨਾ ਬਣਾ ਸਕੇ ਉਹਦੀ ਪਛੜੀ ਸੋਚ ਹਮੇਸ਼ਾ ਨੂੰ ਤੰਗ ਕਰਦੀ ਇੱਕ ਮੁੰਡਾ ਤੇ ਕੁੜੀ ਜੰਮ ਕੇ ਔਲਾਦ ਵੱਲੋਂ ਵੀ ਬੇਪਰਵਾਹ ਨਾ ਹੋਈ ਸੋਗ ਨੂੰ ਇਹ ਹੀ ਲੱਗਦਾ ਰਹਿੰਦਾ ਕਿ ਦਿੱਲੀ ਵਰਗੇ ਸ਼ਹਿਰ 'ਚ ਰਹਿ ਕੇ ਕਿਤੇ ਬੱਚੇ ਵੀ ਵਿਗੜ ਨਾ ਜਾਣ ਉਹਦੇ ਮਨ 'ਚ ਹਮੇਸ਼ਾ ਇਹੀ ਸੋਚ ਹੁੰਦੀ ਕਿ ਜੇ ਪੰਜਾਬ 'ਚ ਹੀ ਰਹਿੰਦੇ ਤਾਂ ਚੰਗਾ ਹੁੰਦਾ ਪਤੀ ਤਾਂ ਕੰਪਨੀ ਦੇ ਕੰਮਾਂ 'ਚ ਅਕਸਰ ਹੀ ਕਈ-ਕਈ ਦਿਨ ਘਰੋਂ ਬਾਹਰ ਰਹਿੰਦਾ ਸੀ ਸੁਖਦੇਵ ਨੇ ਗੁਰਮੀਤ ਨੂੰ ਆਪਣੇ ਵਿਦੇਸ਼ ਵਿੱਚਲੇ ਰਿਸ਼ਤੇ ਤੇ ਵਿਆਹ ਬਾਰੇ ਵੀ ਸੱਚੋ-ਸੱਚ ਦੱਸ ਦਿੱਤਾ ਸੀ ਅਸਲ 'ਚ ਉਹ ਕੁਝ ਵੀ ਛੁਪਾ ਕੇ ਨਹੀਂ ਰੱਖਣਾ ਚਾਹੁੰਦਾ ਸੀ ਨਿਰਾਸ਼ਾ ਦੇ ਦਿਨਾਂ 'ਚ ਸੁਖਦੇਵ ਨੇ ਨਿਰਾਸ਼ਾ ਤੋਂ ਬਚਣ ਦਾ ਇੱਕ ਬਹੁਤ ਹੀ ਵਧੀਆ ਹੱਲ ਲੱਭ ਲਿਆ ਉਹਨੇ ਮਿਹਨਤ ਨਾਲ ਦਿਨ-ਰਾਤ ਇੱਕ ਕਰਕੇ ਆਪਣੇ ਜੀਵਨ ਕਹਾਣੀ ਨੂੰ ਸੱਚੋ ਸੱਚ ਲਿਖ ਕੇ ਕਿਤਾਬ ਦਾ ਰੂਪ ਦੇ ਦਿੱਤਾ ਆਪਣੇ ਮਨ ਦੇ ਸਾਰੇ ਬੋਝ ਤੇ ਨਿਰਾਸ਼ਾ ਨੂੰ ਦੂਰ ਕਰ ਲਿਆ ਨਿਰਾਸ਼ਾ ਦੇ ਮਰੀਜ਼ਾਂ ਨੂੰ ਸੁਖਦੇਵ ਵਾਂਗ ਆਪਣੇ ਜੀਵਨ ਦੀਆਂ ਸਾਰੀਆਂ ਚੰਗੀਆਂ ਮਾੜੀਆਂ ਘਟਨਾਵਾਂ ਲਿਖਣ ਵੱਲ ਜੁਟ ਜਾਣਾ ਚਾਹੀਦਾ ਹੈ ਇਸ ਨਾਲ ਮਨ ਦਾ ਬਹੁਤ ਵੱਡਾ ਬੋਝ ਉਤਰ ਜਾਂਦਾ ਹੈ ਮਨ ਨੂੰ ਸ਼ਾਂਤੀ ਮਿਲਦੀ ਹੈ ਸੁਖਦੇਵ ਸ਼ਾਇਦ ਇਸੇ ਲਈ ਮਾਨਸਿਕ ਰੋਗੀ ਬਣਨ ਤੋਂ ਬਚ ਗਿਆ ਸੀ ਫਿਰ ਵੀ ਉਹਦੇ ਅੰਦਰ ਇੱਕ ਅਜਾਇ ਜ਼ਖਮ ਸੀ ਜਿਹਨੂੰ ਭਰਨ ਲਈ ਉਹ ਕਦੇ-ਕਦੇ ਸ਼ਰਾਬ ਦਾ ਸਹਾਰਾ ਲੈਂਦਾ ਸੀ ਸੁਖਦੇਵ ਨੇ ਤਾਂ ਸੱਚ ਦੱਸ ਕੇ ਆਪਣੇ ਮਨ ਦਾ ਭਾਰ ਹਲਕਾ ਕਰ ਲਿਆ ਪਰ ਗੁਰਮੀਤ ਦੇ ਰੋਗੀ ਮਨ ਉੱਤੇ ਇਹਦਾ ਵੀ ਉਲਟਾ ਹੀ ਪ੍ਰਭਾਵ ਪਿਆ ਉਹਨੂੰ ਆਪਣਾ ਪਤੀ ਕਈ ਵਾਰ ਕਿਸੇ ਹੋਰ ਦਾ ਝੂਠਾ ਜਾਪਦਾ ਉਹ ਬਥੇਰਾ ਮਨ ਸਮਝਾਉਂਦੀ ਕਿ ਉਹਦੀਆਂ ਨਾ ਪੱਕੀ ਸੋਚਾਂ ਉਹਨੂੰ ਫੇਰ ਤੜਫਾ ਦਿੰਦੀਆਂ ਬਹੁਤੇ ਭਾਰਤੀ ਲੋਕਾਂ ਵਾਂਗ ਵਿਆਹ ਦਾ ਇਹ ਧੂਕੜੀਸਾਂ ਚੱਲਦਾ ਰਿਹਾ ਗੁਰਮੀਤ ਦੀ ਬਿਮਾਰੀ ਕਦੇ ਵੱਧ ਜਾਂਦੀ ਕਦੇ ਘਟ ਜਾਂਦੀ ਹੁਣ ਉਹਦੀ ਉਮਰ 50 ਸਾਲ ਤੋਂ ਉੱਤੇ ਹੋ ਗਈ ਸੀ ਬੱਚੇ ਜਵਾਨ ਹੋ ਗਏ ਸੀ ਪੜ੍ਹਾਈ ਖਤਮ ਕਰਕੇ ਉਹ ਆਪਣੇ ਕੰਮੇ ਲੱਗ ਗਏ ਸੀ ਅਰਜਿਕਵਾਰੀ ਸੀ ਸਾਂਝੇ ਪਰਿਵਾਰ ਚ ਗੁਰਮੀਤ ਨੂੰ ਅਨੇਕਾਂ ਘਰੇਲੂ ਸਮੱਸਿਆਵਾਂ ਵਿੱਚੋਂ ਲੰਘਣਾ ਪਿਆ ਸੀ ਪਰ ਹੁਣ ਉਹਦਾ ਆਪਣਾ ਘਰ ਸੀ ਜਿਹਦੀ ਉਹ ਮਾਲਕ ਸੀ ਦੋ ਚੰਗੇ ਗੁਣਵਾਨ ਬੱਚੇ ਸੀ ਪਤੀ ਕਮਾਉਂ ਸੀ ਹੁਣ ਵੀ ਗੁਰਮੀਤ ਨਿਰਾਸ਼ ਸੀ ਭਾਵੇਂ ਘਰ ਦਾ ਸਾਰਾ ਕੰਮ ਉਹ ਜ਼ਿੰਮੇਵਾਰੀ ਨਾਲ ਕਰਦੀ ਸੀ ਜਦੋਂ ਬੱਚੇ ਜਾਂ ਪਤੀ ਉਹਨੂੰ ਚੁੱਪ ਰਹਿਣ ਲਈ ਆਖਦੇ ਤਾਂ ਚੁੱਪ ਕਰ ਜਾਂਦੀ ਫਿਰ ਉਹੀ ਕੁਝ ਹੋਣ ਲੱਗਦਾ ਬਾਰ-ਬਾਰ ਟੋਕਣ ਤੇ ਵੀ ਉਹਦਾ ਆਪ ਮੁਹਾਰੇ ਬੋਲਣਾ ਸਾਰੇ ਪਰਿਵਾਰ ਨੂੰ ਚੁੱਪ ਦਾ ਸੀ ਕਦੇ-ਕਦੇ ਉਹਦਾ ਬੋਲਣਾ ਘਟ ਜਾਂਦਾ ਪਰ ਕੁਝ ਸਮੇਂ ਬਾਅਦ ਫਿਰ ਇਹ ਹੀ ਕੁਝ ਹੋਣ ਲੱਗਦਾ ਸੁਖਦੇਵ ਨੇ ਕੁਝ ਸਮਾਂ ਪਹਿਲਾਂ ਦਿੱਲੀ ਤੋਂ ਬਰਨਾਲਾ ਆਪਣੀ ਪਤਨੀ ਨੂੰ ਇਲਾਜ ਲਈ ਲਿਆਂਦਾ ਮਨੋਰੋਗ ਹਸਪਤਾਲ ਤੋਂ ਨੇ ਉਹਦੇ ਉੱਗੇ ਤਰਕਸ਼ੀ ਲਾਗੂ ਬਲਵਿੰਦਰ ਬਰਨਾਲਾ ਨੂੰ ਕੇਸ ਹਿਸਟਰੀ ਦੱਸੀ ਤੇ ਸਾਥੀ ਬਲਵਿੰਦਰ ਸਿੰਘ ਨੇ ਗੁਰਮੀਤ ਨੂੰ ਹਿਪਨੋਟਾਈਜ਼ ਕਰਕੇ ਯੋਗ ਸੁਝਾ ਦਿੱਤੇ ਗੁਰਮੀਤ ਕੁਝ ਸਮਾਂ ਠੀਕ ਰਹੀ ਸੀ ਫਿਰ ਸਾਥੀ ਬਲਵਿੰਦਰ ਕੈਨੇਡਾ ਚਲੇ ਗਏ ਇਸ ਪਰਿਵਾਰ ਨੇ ਮੇਰੇ ਨਾਲ ਸੰਪਰਕ ਕੀਤਾ ਤੇ ਮੈਂ ਆਪਣੇ ਤਰੀਕੇ ਨਾਲ ਪਤੀ-ਪਤਨੀ ਨਾਲ ਵੱਖੋ-ਵੱਖਰੇ ਤੇ ਇਕੱਠੇ ਕਰਕੇ ਗੱਲਬਾਤ ਕੀਤੀ ਗੁਰਮੀਤ ਨੂੰ ਪਤੀ ਦਾ ਸ਼ਰਾਬ ਤੇ ਸਿਗਰਟ ਦਾ ਸੇਵਨ ਕਰਨਾ ਬਹੁਤ ਬੁਰਾ ਲੱਗਦਾ ਸੀ ਦਾੜੀ ਕੇਸ ਤੇ ਪੱਗ ਬੰਨਣ ਵਾਲੀ ਭਾਵਨਾ ਨਾਲ ਉਹਨੇ ਬਹੁਤ ਹੱਦ ਤੱਕ ਸਮਝਾਤਾ ਕਰ ਲਿਆ ਸੀ ਫਿਰ ਵੀ ਉਹਨੇ ਪਹਿਲੀਆਂ ਮੁਲਾਕਾਤਾਂ ਵਿੱਚ ਇਸ ਦਾ ਜ਼ਿਕਰ ਕੀਤਾ ਸੀ ਅਸਲ 'ਚ ਸੁਖਦੇਵ ਵੀ ਆਪਣੀ ਉਦਾਸੀ ਨੂੰ ਭਰਨ ਲਈ ਸ਼ਰਾਬ ਦਾ ਸਹਾਰਾ ਲੈਂਦਾ ਸੀ ਬਹੁਤੇ ਲੋਕ ਸ਼ਰਾਬ ਨੂੰ ਉਦਾਸੀ ਜਾਂ ਨਿਰਾਸ਼ਾ ਦੀ ਦਵਾਈ ਸਮਝ ਲੈਂਦੇ ਆ ਤੇ ਲੰਮਾ ਸਮਾਂ ਲਗਾਤਾਰ ਪੀਂਦੇ ਰਹਿੰਦੇ ਆ ਜਿਸ ਕਰਕੇ ਇਹ ਹੀ ਦਵਾਈ ਇੱਕ ਦਿਨ ਇੱਕ ਨਵੀਂ ਬਿਮਾਰੀ ਬਣ ਕੇ ਝੰਬੜ ਜਾਂਦੀ ਹੈ ਫਿਰ ਮਨੋਰੋਗ ਮਾਹਰ ਤੋਂ ਉਦਾਸੀ ਰੋਗ ਤੇ ਸ਼ਰਾਬ ਛੱਡਣ ਲਈ ਦੂਰਾ ਇਲਾਜ ਕਰਵਾਉਣਾ ਪੈਂਦਾ ਇਹਨਾਂ ਕਾਰਨਾਂ ਕਰਕੇ ਪਤੀ ਪਤਨੀ ਦੀ ਸਰੀਰਕ ਸਾਝ ਵੀ ਘਟਦੀ ਜਾ ਰਹੀ ਸੀ ਸੁਖਦੇਵ ਕਈ ਦਿਨਾਂ ਬਾਅਦ ਘਰ ਆਉਂਦਾ ਸ਼ਰਾਬੀ ਕੇ ਖਾਣਾ ਖਾ ਕੇ ਰਾਤ ਕੱਟ ਕੇ ਸਵੇਰੇ ਫਿਰ ਕੰਮ ਤੇ ਚਲਾ ਜਾਂਦਾ बस जिंदगी अपनी चाल चलती जा रही थी सुखदेव हालाता नाल ਸਮਝੌਤਾ ਕਰੀ ਬੈਠਾ ਸੀ ਪਰ ਜਦੋਂ ਪਤਨੀ ਦਾ ਬੜਬੋਲਾਪਣ ਦੇਖਦਾ ਤੰਗ ਆ ਕੇ ਇਲਾਜ ਬਾਰੇ ਸੋਚਦਾ ਸੀ ਸਮਾਜ ਚ ਕਿੰਨੇ ਅਜਿਹੇ ਪਤੀ ਪਤਨੀਆਂ ਜਿਹੜੇ ਆਪਣੀ ਗ੍ਰਸਥੀ ਦੀ ਗੱਡੀ ਨੂੰ ਧੱਕੇ ਦੇ ਕੇ ਰੋੜ ਰਹੇ ਹੈ ਪਹਿਲਾਂ ਦਿੱਲੀ ਤੋਂ ਕੱਲਾ ਸੁਖਦੇਵ ਮੈਨੂੰ ਚੇਚਾ ਮਿਲਣ ਆਇਆ ਜਦੋਂ ਮੈਨੂੰ ਮਿਲ ਕੇ ਉਹਨੂੰ ਤਸੱਲੀ ਹੋਈ ਕੁਝ ਦਿਨਾਂ ਬਾਅਦ ਉਹ ਆਪਣੀ ਪਤਨੀ ਨੂੰ ਨਾਲ ਲੈ ਕੇ ਆਇਆ ਪਤਨੀ ਨੂੰ ਉਸ ਨਾਲੇ ਸ਼ਿਕਾਇਤਾਂ ਸੀ ਕਿ ਉਹਨੇ ਆਪਣੇ ਮਾਪਿਓ ਭੈਣ ਭਰਾਵਾਂ ਨੂੰ ਆਪਣੀ ਪਤਨੀ ਤੇ ਬੱਚਿਆਂ ਤੋਂ ਵੱਧ ਮਹੱਤਵ ਦਿੱਤਾ ਸੀ ਗੁਰਮੀਤ ਦਾ ਸਾਥ ਦੇਣ ਦੀ ਥਾਂ ਸੁਖਦੇਵ ਉਹਨੂੰ ਛੁਪਰਨ ਲਈ ਆਖਦਾ ਰਿਹਾ ਗੁਰਮੀਤ ਨੂੰ ਭਾਵੇਂ ਹੁਣ ਇਹ ਲੱਗਦਾ ਸੀ ਕਿ ਪਹਿਲਾਂ ਵਾਲੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਗਈਆਂ ਆਪਣਾ ਘਰ ਆਪਣਾ ਪਰਿਵਾਰ ਉਹਨ ਕਿਸੇ ਦਾ ਕੋਈ ਲਗਾਗਾ ਦਾ ਨਹੀਂ ਸੀ ਪਰ ਉਹ ਪੁਰਾਣੀ ਖਿਜ ਨੂੰ ਵੀ ਦੱਸ ਦੇਣਾ ਚਾਹੁੰਦੀ ਸੀ ਕਿ ਉਸ ਨਾਲ ਜ਼ਿਆਤੀਆਂ ਹੋਈਆਂ ਪਹਿਲੀਆਂ 2 ਮਿਲਣਾਂ 'ਚ ਕੇਸ ਦੀਆਂ ਸਾਰੀਆਂ ਗੁੰਝਲਾਂ ਨੂੰ ਸਮਝ ਲਿਆ ਗਿਆ ਤੇ ਮੈਂ ਮਨੋਰੋਗ ਮਾਹਿਰ ਡਾਕਟਰ ਨਾਲ ਰਾਈ ਕੀਤੀ। ਮਨੋਰੋਗ ਮਾਹਿਰ ਨੇ ਦੱਸਿਆ ਕਿ ਜੇ ਹਾਲਤ ਹਲਕੀ ਜੀ ਦਵਾਈ ਦੀ ਡੋਜ਼ ਸ਼ੁਰੂ ਕਰਨੀ ਚਾਹੀਦੀ ਹੈ ਜਿਹਨੂੰ ਕੁਝ ਮਹੀਨਿਆਂ ਤੱਕ ਦੇਣਾ ਜ਼ਰੂਰੀ ਹੈ। ਜਦੋਂ ਮੈਂ ਅਗਲੀ ਮਿਲਣੀ ਸਮੇ ਗੁਰਮੀਤ ਨਾਲ ਦਵਾਈ ਲੈਣ ਸੰਬੰਧੀ ਗੱਲਬਾਤ ਕੀਤੀ ਤਾਂ ਉਹਨੇ ਸਪਸ਼ਟ ਇਨਕਾਰ ਕਰ ਦਿੱਤਾ। ਉਹਨੇ ਦੱਸਿਆ ਕਿ ਦਵਾਈਆਂ ਉਹਨੇ ਬਹੁਤ ਖਾਧੀਆਂ, ਉਹ ਦਵਾਈਆਂ ਖਾ ਕੇ ਅੱਕ ਚੁੱਕੇ ਸੀ। ਉਹ ਸਿਰਫ ਪਨੋਟੇ ਕੇ ਇਲਾਜ ਚਾਹੁੰਦੀ ਸੀ। ਉਦੀ ਇੱਛਾ ਨੂੰ ਮੁੱਖ ਰੱਖਦੇ ਹੋਏ ਉਹਨੂੰ ਕਈ ਵਾਰ ਹੀਪਨੋਟਿਕ ਨੀਂਦ 'ਚ ਸੁਆਇਆ ਗਿਆ। ਯੋਗ ਸੁਝਾਅ ਦਿੱਤੇ ਗਏ। ਮਨ ਅੰਦਰ ਉਸਾਰੂ ਤੇ ਹੌਸਲੇ ਵਾਲੇ ਸੁਝਾਅ ਭਰੇ ਗਏ। ਉਹਦੇ ਅੰਦਰ ਜੀਵਨ ਦੇ ਭਵਿੱਖੇ ਚਾਉਣ ਵਾਲੇ ਚੰਗੇ ਦਿਨਾਂ ਦੀ ਕਲਪਨਾ ਭਰੀ ਗਈ। ਭਾਵੇਂ ਹੀਪਨੋਟਿਕ ਨੀਂਦ ਦੌਰਾਨ ਜਿਵੇਂ ਸੁਝਾਵਾਂ ਨੇ ਚੰਗਾ ਅਸਰ ਕੀਤਾ ਸੀ ਪਰ ਫਿਰ ਵੀ ਉਹਦਾ ਲਗਾਤਾਰ ਬੋਲਣਾ ਅਜੇ ਪੂਰੀ ਤਰ੍ਹਾਂ ਕੰਟਰੋਲ 'ਚ ਨਹੀਂ ਸੀ। ਹਰ ਵਾਰ ਤਰੱਕੀ ਹੋ ਰਹੀ ਸੀ। ਕਿਉਂਕਿ ਉਹਦਾ ਰੋਗ ਬਹੁਤ ਪੁਰਾਣਾ ਸੀ। ਤੇ ਉਹ ਪਹਿਲਾਂ ਲਗਾਤਾਰ ਦਵਾਈਆਂ ਖਾਂਦੀ ਰਹੀ ਸੀ ਇਹ ਪਨੋਟਿਕ ਨੀਂਦ ਵਿੱਚ ਹੀ ਉਹਨੂੰ ਥੋੜੀ ਜੀ ਦਵਾਈ ਥੋੜੇ ਸਮੇਂ ਲਈ ਖਾਣ ਲਈ ਤਿਆਰ ਕੀਤਾ ਗਿਆ ਉਹ ਨਵੇਂ ਸਿਰੇ ਨੂੰ ਨਵੀਂ ਜ਼ਿੰਦਗੀ ਜਿਉਣ ਦੀ ਚੰਗੀ ਪ੍ਰੇਰਣਾ ਦਿੱਤੀ ਗਈ ਮਨੋਰੋਗ ਮਾਹਿਰ ਨੇ ਵੀ ਉਹਨੂੰ ਉਹਦੀ ਇੱਛਾ ਅਨੁਸਾਰ ਬਹੁਤ ਘੱਟ ਮਾਤਰਾ ਵਿੱਚ ਦਵਾਈ ਸ਼ੁਰੂ ਕੀਤੀ ਹੁਣ ਉਹ ਸਾਡੀ ਹਰ ਸਲਾਹ ਨੂੰ ਮੰਨਦੀ ਜਾ ਰਹੀ ਸੀ ਤੇ ਪੂਰੀ ਤਰ੍ਹਾਂ ਠੀਕ ਹੁੰਦੇ ਜਾ ਰਹੀ ਸੀ ਪਹਿਲਾਂ ਉਹਨੂੰ ਕੇਵਲ ਕੁਝ ਦਿਨ ਦਵਾਈ ਖਾਣ ਲਈ ਕਿਹਾ ਫਿਰ 3-4 ਮਹੀਨਿਆਂ ਲਈ ਦਵਾਈ ਖਾਣ ਲਈ ਕਿਹਾ ਗਿਆ ਤਾਂ ਕਿ ਦੁਬਾਰਾ ਰੋਗ ਹੋਵੇ ਨਾ ਇਸ ਤਰ੍ਹਾਂ ਯੋਗ ਸੁਝਾਵਾਂ ਤੇ ਨੇਕ ਸਲਾਹਾਂ ਨੇ ਉਹਦੀ ਜ਼ਿੰਦਗੀ ਦਾ ਪਾਸਾ ਹੀ ਬਲਟ ਦਿੱਤਾ। ਇਹੀ ਯੋਗ ਸੁਝਾਅ ਤੇ ਸਲਾਹ ਉਹਦੇ ਪਤੀ ਤੇ ਦੋਵੇਂ ਜਵਾਨ ਬੱਚਿਆਂ ਨੂੰ ਵੀ ਦਿੱਤੇ ਗਏ। ਪਰਿਵਾਰ ਦਾ ਪੂਰਾ ਸਹਿਯੋਗ ਮਿਲਣ ਕਾਰਨ ਸੱਚਮੁੱਚ ਉਹਦੇ ਚੰਗੇ ਦਿਨ ਆ ਗਏ ਸਨ। ਹੁਣ ਪਤੀ ਨੇ ਵੀ ਸ਼ਰਾਬ ਪੀਣੀ ਘਟਾ ਦਿੱਤੀ ਸੀ। ਘਰ ਆਉਣ ਸਮੇਂ ਤੋਂ ਪੂਰੀ ਤਰ੍ਹਾਂ ਕੰਟਰੋਲ ਹੀ ਰੱਖਦਾ ਸੀ। ਤੇ ਹੁਣ ਜਦੋਂ ਵੀ ਸਮਾਂ ਮਿਲਦਾ ਪਤੀ ਰਸੋਈ 'ਚ ਖਾਣਾ ਬਣਾਉਣ ਵਿੱਚ ਉਦੀ ਮਦਦ ਕਰਦਾ ਮਨਪਸੰਦ ਖਾਣੇ ਤਿਆਰ ਹੁੰਦੇ ਹਰ ਕੋਈ ਉਹਦਾ ਖਿਆਲ ਰੱਖਦਾ ਪਤੀ ਨੂੰ ਵਿਸ਼ੇਸ਼ ਤੌਰ ਤੇ ਉਹਦੀ ਮਨੋ ਸਰੀਰਕੇ ਛਾਵਾਂ ਦਾ ਧਿਆਨ ਰੱਖਣ ਲਈ ਕਿਹਾ ਗਿਆ ਗੁਰਮੀਤ ਨੂੰ ਆਪਣੇ ਪੁਰਾਣੇ ਵਿਚਾਰ ਤਿਆਗ ਕੇ ਨਵੇਂ ਤੇ ਸ਼ਹਿਰੀ ਰੰਗ ਚ ਟੱਲਣ ਲਈ ਕਿਹਾ ਗਿਆ ਸਤ ਮੋਟ ਸਾਰੀਆਂ ਗੱਲਾਂ ਨੇ ਉਹਨੂੰ ਅਜਿਹਾ ਬਦਲ ਦਿੱਤਾ ਕਿ ਉਹ ਪੂਰੀ ਤਰ੍ਹਾਂ ਠੀਕ ਹੋ ਗਈ ਧੰਨਵਾਦ